ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਤੇ ਕੁਕਿੰਗ ਵਿਦ ਜਸਪ੍ਰੀਤ ਅੱਜ ਆਪਾਂ ਸਾਰਿਆਂ ਦੇ ਮਨਪਸੰਦ ਦਹੀਂ ਭੱਲੇ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਸੁਪਰ ਸੌਫਟ ਬਣ ਕੇ ਤਿਆਰ ਹੋਣਗੇ ਤੇ ਗਰਮੀ ਦੇ ਵਿੱਚ ਤਾਂ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਠੰਡੇ ਠੰਡੇ ਦਹੀਂ ਭੱਲੇ ਆਓ ਆਪਾਂ ਇਹਨਾਂ ਨੂੰ ਬਣਾਉਣ ਲਈ ਕੀ ਕੀ ਕੀਤਾ ਉਹ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਲੈ ਲਈ ਜੀ ਵਾਈਟ ਜਿਹੜੀ ਉੜਦ दाल ਹੁੰਦੀ ਹੈ ਛਿਲਕੇ ਤੋਂ ਬਿਨਾ ਉਹ ਇੱਕ ਕੱਪ ਲੈ ਲਿਆ ਹੁਣ ਇਹਨੂੰ ਨਾ ਚੰਗੀ ਤਰ੍ਹਾਂ 4 ਤੋਂ 5 ਵਾਰੀ ਆਪਾਂ ਪਾਣੀ ਦੇ ਵਿੱਚ ਧੋ ਲਾਂਗੇ ਚੰਗੀ ਤਰ੍ਹਾਂ ਵਾਸ਼ ਕਰ ਲਈ ਆਪਾਂ ਨੇ ਹੁਣ ਆਪਾਂ ਨਾ ਇਹਨੂੰ ਪੂਰੀ ਰਾਤ ਲਈ ਇਹਦੇ ਪਾਣੀ ਦੇ ਵਿੱਚ ਭਿਓ ਕੇ ਰੱਖ ਦਾਂਗੇ ਤੁਸੀਂ 5 ਤੋਂ 6 ਘੰਟੇ ਵੀ ਰੱਖ ਸਕਦੇ ਆ ਪਰ ਮੈਂ ਪੂਰੀ ਰਾਤ ਇਹਨੂੰ ਰੱਖਤਾ ਹੁਣ ਸਵੇਰ ਹੋ ਚੁੱਕੀ ਐ ਦੇਖੋ ਦਾਲ ਜਿਹੜੀ ਆਪਣੀ ਐ ਨਾ ਚੰਗੀ ਤਰ੍ਹਾਂ ਭਿੱਜ ਚੁੱਕੀ ਐ ਦੇਖੋ ਜਦੋਂ ਆਪਾਂ ਨੋ ਨਾਲ ਤੋੜਦੇ ਆ ਨਾ ਤਾਂ ਟੁੱਟ ਜਾਂਦੀ ਹੈ ਵਿੱਚੋਂ ਹੁਣ ਆਪਾਂ ਇਹਨੂੰ ਜਾਰ ਦੇ ਵਿੱਚ ਪਾ ਕੇ ਇਹਦਾ ਪੇਸਟ ਬਣਾ ਲੈਂਦੇ ਆ ਜਿੰਨਾ ਤੁਸੀਂ ਘੱਟ ਪਾਣੀ ਪਾ ਕੇ ਇਹਦਾ ਪੇਸਟ ਬਣਾਓਗੇ ਉਹਨਾਂ ਤੁਹਾਡਾ ਦਹੀਂ ਭੱਲਾ ਸੌਫਟ ਬਣ ਕੇ ਤਿਆਰ ਹੋਊਗਾ ਜੇਕਰ ਦਾਣ ਨਹੀਂ ਪੀਸ ਹੋ ਰਹੇ ਤਾਂ ਇੱਕ ਦੋ ਚਮਚ ਤੁਸੀਂ ਪਾਣੀ ਦਾ ਪਾ ਸਕਦੇ ਆ ਸਾਰੀ ਦਾਲ ਆਪਾਂ ਪਾ ਲਾਂਗੇ ਜਾਰ ਦੇ ਵਿੱਚ ਤੇ ਹੁਣ ਇਹਨੂੰ ਪੀਸ ਲੈਂਦੇ ਆ ਇਹ ਦੇਖੋ ਪੇਸਟ ਨਾ ਆਪਣਾ ਬਣ ਕੇ ਤਿਆਰ ਹੈ ਬਿਲਕੁਲ ਸੌਫਟ ਪੇਸਟ ਬਣਾ ਲਿਆ ਆਪਾਂ ਨੇ ਦੇਖ ਸਕਦੇ ਆ ਤੁਸੀਂ ਤੇ ਹੁਣ ਇਹਨੂੰ ਨਾ ਇੱਕ ਵੱਡੇ ਡੋਂਗੇ ਦੇ ਵਿੱਚ ਪਾ ਕੇ ਮੈਂ ਇਹਨੂੰ ਚੰਗੀ ਤਰ੍ਹਾਂ ਫੇਟ ਲਾਂਗੇ ਇਹਦੇ ਵਿੱਚ ਆ ਨਾ ਆਪਣਾ ਆਪਾਂ ਨੇ ਹਵਾ ਭਰਨੀ ਹੈ ਇਸ ਵਿੱਚ ਥੋੜਾ ਜਿਹਾ ਪਾ ਦਾਂਗੇ ਨਮਕ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਚਾਟ ਮਸਾਲਾ ਤਾਂ ਕਿ ਜਿਹੜੇ ਆਪਣੇ ਭੱਲੇ ਬਣ ਕੇ ਤਿਆਰ ਹੋਣਗੇ ਨਾ ਅੰਦਰ ਤੋਂ ਵੀ ਵਧੀਆ ਟੇਸ ਦੇਣ ਤੇ ਹੁਣ ਚੰਗੀ ਤਰ੍ਹਾਂ ਨਾ ਆਪਾਂ ਇਹਨੂੰ ਫੇਟ ਲੈਂਦੇ ਆ ਅਰਧ ਤੋਂ 10 ਮਿੰਟ ਤੁਸੀਂ ਇਹਨੂੰ ਫੇਟ ਸਕਦੇ ਆ ਤਾਂ ਕਿ ਜਿਹੜਾ ਪੱਲਾ ਇਹ ਨਾ ਫਿਰ ਸੁਪਰ ਸੌਫਟ ਬਣ ਜਾਊਗਾ ਕਿਉਂਕਿ ਆਪਾਂ ਨੇ ਇਹਦੇ ਵਿੱਚ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਕੁਝ ਨਹੀਂ ਪਾਣਾ ਹੈਗਾ ਤੁਸੀਂ ਜਿਹੜੀ ਆਪਣਾ ਮਸ਼ੀਨ ਹੁੰਦੀ ਹੈ ਬਿਜਲੀ ਵਾਲੀ ਉਹਦੇ ਨਾਲ ਵੀ ਫੇਡ ਸਕਦੀ ਹੈ ਪਰ ਜਿੰਨਾ ਤੁਸੀਂ ਹੱਥ ਨਾਲ ਇਹਨੂੰ ਫਿੰਟੋਗੇ ਨਾ ਉਨਾਂ ਵਧੀਆ ਬਣ ਕੇ ਤਿਆਰ ਹੋ ਜਾਂਦਾ ਹੈ ਇਹ ਦੇਖੋ ਜੀ ਆਪਣਾ ਇਹ ਜਿਹੜਾ ਬੈਟਰ ਸੀਗਾ ਹਲਕਾ ਹੋ ਚੁੱਕਿਆ ਹੁਣ ਆਪਾਂ ਇਹਨੂੰ ਕਿਵੇਂ ਚੈੱਕ ਕਰਨਾ ਹੈ ਥੋੜਾ ਜਿਹਾ ਪਾਣੀ ਲੈ ਲਿਆ ਬੈਟਰ ਨੂੰ ਆਪਾਂ ਇਹਦੇ ਵਿੱਚ ਪਾ ਲਿਆ ਦੇਖੋ ਸਾਰਾ ਬੈਟਰ ਨਾ ਪਾਣੀ ਦੇ ਉੱਪਰ ਤੈਲਰ ਤੈਰ ਰਿਹਾ ਦੋ ਤੋਂ ਤਿੰਨ ਮਿੰਟ ਆਪਾਂ ਹੋਰ ਇਹਨੂੰ ਫੈਂਟ ਲਾਂਗੇ ਜਿਹੜਾ ਬੈਟਰ ਹੈ ਤਾਂ ਕਿ ਥੋੜਾ ਜਿਹਾ ਹੋਰ ਵਧੀਆ ਬਣ ਜਵੇ ਜੇਕਰ ਤੁਸੀਂ ਡੋਂਗੇ ਨੂੰ ਪੁੱਠਾ ਵੀ ਕਰ ਲਓਗੇ ਨਾ ਇਹ ਬੈਟਰ ਥੱਲੇ ਨਹੀਂ ਡਿੱਗਦਾ ਹੈਗਾ ਇੰਨਾ ਆਪਾਂ ਨੇ ਇਹਨੂੰ ਫਲਫੀ ਕਰ ਲੈਣਾ ਹੁੰਦਾ 10 ਤੋਂ 12 ਮਿੰਟ ਆਪਾਂ ਨੇ ਚੰਗੀ ਤਰ੍ਹਾਂ ਬੈਟਰ ਨੂੰ ਨਾ ਫੈਂਟ ਲਿਆ ਤੇ ਦੂਜੀ ਸਾਈਡ ਆਪਾਂ ਨੇ ਗੈਸ ਤੇ ਆਇਲ ਰੱਖਿਆ ਹੋਇਆ ਤਾਂ ਕਿ ਜਿਹੜਾ ਆਪਣਾ ਆਇਲ ਹੈ ਨਾ ਉਹ ਵੀ ਗਰਮ ਹੋ ਜਵੇ ਆਇਲ ਵੀ ਆਪਣਾ ਗਰਮ ਹੋ ਚੁੱਕਿਆ ਜੀ ਬਹੁਤ ਜ਼ਿਆਦਾ ਗਰਮ ਨਹੀਂ ਆਪਾਂ ਨੇ ਆਇਲ ਨੂੰ ਕਰਨਾ ਹੁਣ ਆਪਾਂ ਹੱਥ ਦੇ ਨਾਲ ਇਹਦੇ ਵਿੱਚ ਪਾ ਦਾਂਗੇ ਭੱਲੇ ਸਾਈਜ਼ ਜਿੰਦਾਕ ਤੁਸੀਂ ਆਪਣੇ ਮਨਪਸੰਦ ਰੱਖਣਾ ਇਹ ਦੇਖੋ ਜੇ ਆਪਣਾ ਨੋਰਮਲ ਟੈਂਪਰੇਚਰ ਹੈ ਆਇਲ ਦਾ ਜੇ ਜ਼ਿਆਦਾ ਹੁੰਦਾ ਫਿਰ ਇਹ ਬਾਹਰ ਤੋਂ ਤਾਂ ਬਹੁਤ ਜ਼ਿਆਦਾ ਪੱਕ ਜਾਂਦੇ ਆ ਤੇ ਅੰਦਰ ਤੋਂ ਕੱਚੇ ਰਹਿ ਜਾਂਦੇ ਆ ਜਿੰਨੇ ਵੀ ਕੜਾਹੀ ਦੇ ਵਿੱਚ ਆਉਂਦੇ ਆ ਉਹਨੇ ਕਪਾ ਪਾ ਲਾਂਗੇ ਪੱਲੇ ਪੱਲੇ ਭਾਣ ਤੋਂ ਬਾਅਦ ਨਾ ਆਪਾਂ ਨੇ ਇਹਨੂੰ 1 ਮਿੰਟ ਲਈ ਛੇੜਨਾ ਨਹੀਂ ਹੈਗਾ ਕਿਉਂਕਿ ਇਹ ਆਪਣੀ ਨਾ ਸ਼ੇਪ ਬਣਾ ਲੈਣਾ ਫਿਰ ਆਪਾਂ ਇਹਨਾਂ ਦੇ ਉੱਪਰ ਹਲਕਾ ਹਲਕਾ ਆਇਲ ਪਾ ਦਾਂਗੇ ਇਹ ਦੇਖੋ ਜੀ ਆਪਣੇ ਨਾ ਪੱਲੇ ਹਨਾ ਕਿੰਨੇ ਵਧੀਆ ਲੱਗ ਰਿਹਾ ਫੁੱਲ ਕਿ ਵੀ ਵੱਡਾ ਸਾਈਜ਼ ਹੋ ਚੁੱਕਿਆ ਇਹਨਾਂ ਦਾ ਤੇ ਹੁਣ ਥੋੜਾ ਜਿਹਾ ਇਹਨਾਂ ਦੇ ਉੱਪਰ ਕਲਰ ਆਜੇ ਵੀ ਫਿਰ ਆਪਾਂ ਇਹਨਾਂ ਨੂੰ ਆਇਲ ਤੋਂ ਬਾਹਰ ਕੱਢ ਲਾਂਗੇ 4 ਤੋਂ 5 ਮਿੰਟ ਇਹਨਾਂ ਨੂੰ ਲੱਗ ਜਾਂਦੇ ਆ ਪੱਕਣ ਲਈ ਕਿਉਂਕਿ ਆਪਾਂ ਨੇ ਇਹ ਨਾ ਬਹੁਤ ਜ਼ਿਆਦਾ ਗਰਮ ਨਹੀਂ ਕੀਤਾ ਹੋਇਆ ਹੋਇਆ ਜੇ ਤੁਸੀਂ ਲਾਈਟ ਕਲਰ ਦੇਣਾ ਹੈ ਨੂੰ ਥੋੜਾ ਜਲਦੀ ਕੱਢ ਲਓ ਜੇ ਥੋੜੇ ਡਾਰਕ ਕਰਨੇ ਤਾਂ ਥੋੜਾ ਜਆ ਹੋਰ ਇਹਨਾਂ ਨੂੰ ਪਕਾ ਸਕਦੇ ਆ ਇਹ ਲੋ ਜੀ ਆਪਣੇ ਇਹਨਾਂ ਪੱਲੇ ਪੱਕ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਕੱਢ ਲੈਂਦੇ ਆ ਤੇਲ ਦੇ ਵਿੱਚੋਂ ਤੇ ਇਸੇ ਤਰ੍ਹਾਂ ਜਿਹੜਾ ਆਪਣਾ ਸਾਰਾ ਬੈਟਰ ਸੀਗਾ ਓਵੇਂ ਪੱਲੇ ਤਿਆਰ ਕਰ ਲੈਣੇ ਆਪਾਂ ਨੇ ਮੈਂ ਤੁਹਾਨੂੰ ਦਿਖਾ ਦਿੰਦੀ ਆ ਨੇੜੇ ਤੋਂ ਵੀ ਕਿੰਨੇ ਵਧੀਆ ਪੱੱਲਾ ਬਣ ਕੇ ਤਿਆਰ ਐ ਸੌਫਟ ਸੌਫਟ ਸਾਰੇ ਪੱਲੇ ਆਪਣੇ ਬਣ ਚੁੱਕੇ ਆ ਜੀ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਫ੍ਰਿਜ ਦੇ ਵਿੱਚ 8 ਤੋਂ 10 ਦਿਨ ਰੱਖ ਸਕਦੇ ਆ ਜਦੋਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਦਹੀਂ ਪੱਲੇ ਤਿਆਰ ਕਰੋ ਤੇ ਖਾ ਲਓ ਹੁਣ ਆਪਾਂ ਨੇ ਕੀਤਾ ਹੈ ਜੀ ਪਾਣੀ ਗਰਮ ਜ਼ਿਆਦਾ ਗਰਮ ਨਹੀਂ ਹੈਗਾ ਨੀ ਗਰਮ ਜਾਂ ਗਰਮ ਹੈ ਹੁਣ ਇਹਦੇ ਵਿੱਚ ਪਾਤੀ ਆਪਾਂ ਨੇ ਥੋੜੀ ਜੀ ਹਿੰਗ ਤੇ ਥੋੜਾ ਜਿਹਾ ਪਾਵਾਂਗੇ ਨਮਕ ਹੁਣ ਜਿੰਨੇ ਕ ਆਪਾਂ ਨੂੰ ਪੱਲੇ ਚਾਹੀਦੇ ਆ ਉਹਨੇ ਕ ਆਪਾਂ ਇਹਦੇ ਵਿੱਚ ਪਾ ਦਾਂਗੇ ਮੈਂ 4 ਤੋਂ 5 ਪੱਲੇ ਪਾਣੀ ਹੈ ਕਿਉਂਕਿ ਇੰਨੇ ਜ਼ਿਆਦਾ ਨਹੀਂ ਖਾ ਹੁਣੇ ਹੁਣ ਆਪਾਂ ਇਹਨਾਂ ਨੂੰ ਨਾ ਪਾਣੀ ਦੇ ਵਿੱਚ ਡਿੱਪ ਕਰਕੇ 2 ਘੰਟਿਆਂ ਲਈ ਛੱਡ ਦਾਂਗੇ ਤਾਂ ਕਿ ਜਿਹੜੇ ਆਪਣੇ ਦਹੀਂ ਭੱਲੇ ਹਨ ਉਹ ਚੰਗੀ ਤਰ੍ਹਾਂ ਫੁੱਲ ਜਾਣ ਤੇ ਸੌਫਟ ਹੋ ਜਾਣ 2 ਘੰਟਿਆਂ ਬਾਅਦ ਹੁਣ ਆਪਾਂ ਚੈੱਕ ਕਰ ਲੈਂਦੇ ਆ ਆਪਣੇ ਭੱਲੇ ਤਿਆਰ ਹੋਏ ਹੋਣਗੇ ਇਹ ਦੇਖੋ ਇੱਕ ਤਾਂ ਇਹਨਾਂ ਦਾ ਸਾਈਜ਼ ਵੀ ਵੱਡਾ ਹੋ ਜਾਂਦਾ ਤੇ ਬਿਲਕੁਲ ਸੌਫਟ ਹੋ ਚੁੱਕੇ ਆ ਜਦਾਂ ਆਪਾਂ ਨੇ ਇਹਨਾਂ ਨੂੰ ਪ੍ਰੈਸ ਨਹੀਂ ਕਰਨਾ ਹੈਗਾ ਨਹੀਂ ਤਾਂ ਇਹ ਟੁੱਟ ਜਾਣਗੇ ਹਲਕਾ ਹਲਕਾ ਜੈਨ ਦਾ ਪਾਣੀ ਨਿਚੋੜ ਕੇ ਨਾ ਦਹੀਂ ਆਪਾਂ ਨੇ ਤਿਆਰ ਕਰਕੇ ਰੱਖਿਆ ਹੋਇਆ ਮਿੱਠਾ ਦਹੀਂ ਉਹਦੇ ਵਿੱਚ ਰੱਖਦੇ ਜਾਵਾਂਗੇ ਜੇਕਰ ਤੁਸੀਂ ਰੋਟੀ ਦੇ ਨਾਲ ਖਾਣੇ ਆ ਤਾਂ ਤੁਸੀਂ ਹਨਾ ਦਹੀਂ ਦੇ ਵਿੱਚ ਪਾ ਕੇ ਨਮਕ ਮਿਰਚ ਧਨੀਆ ਉਵੇਂ ਤੁਸੀਂ ਇਹਨਾਂ ਨੂੰ ਸਰਵ ਕਰ ਸਕਦੇ ਆ ਪਰ ਫਿਲਹਾਲ ਆਪਾਂ ਇਹਨਾਂ ਦੀ ਜਿਹੜੀ ਦਹੀਂ ਭੱਲਾ ਚਾਟ ਬਣਾ ਰਹੇ ਆ ਦਹੀਂ ਦੇ ਵਿੱਚ ਆਪਾਂ ਇਹਨਾਂ ਨੂੰ ਡਿਪ ਕਰਕੇ ਰੱਖ ਦਿੰਦੇ ਆ 5 ਮਿੰਟ ਤਾਂ ਕਿ ਜਿਹੜਾ ਦਹੀਂ ਹੈ ਨਾ ਉਹ ਚੰਗੀ ਤਰ੍ਹਾਂ ਸੋਖ ਲੈਣ ਦਹੀਂ ਦੇ ਵਿੱਚ ਆਪਾਂ ਨੇ ਜਿੰਨੀ ਦਾ ਪਾਊਡਰ ਪਾ ਕੇ ਦਹੀਂ ਮਿੱਠਾ ਕੀਤਾ ਹੋਇਆ ਤੇ ਹੁਣ ਆਪਾਂ ਇਹ ਨਾ ਦੀ ਨਾ ਪਲੇਟਸ ਜਾ ਲੈਂਦੇ ਆ ਦਹੀਂ ਭੱਲੇ ਦੀ ਸਭ ਤੋਂ ਪਹਿਲਾਂ ਆਪਾਂ ਭੱਲੇਆਂ ਨੂੰ ਪਾ ਦਾਂਗੇ ਪਲੇਟ ਦੇ ਵਿੱਚ ਇਸ ਤੋਂ ਬਾਅਦ ਆਪਾਂ ਭੱਲੇਆਂ ਦੇ ਉੱਪਰ ਪਾ ਦਾਂਗੇ ਜੀ ਜਿਹੜੀ ਆਪਣੀ ਹੁੰਦੀ ਆ ਮਠੜੀ ਮੱਠੀ ਵੀ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ ਉਹ ਪਾ ਦਾਂਗੇ ਕਿਉਂਕਿ ਇਹਦੇ ਨਾਲ ਨਾ ਥੋੜਾ ਜਿਹਾ ਕਰੰਚੀ ਬਣਾ ਜਾਂਦਾ ਹੈ ਪੱਲੇੜੇ ਜਿਆਦਾ ਸੌਫਟ ਹੁੰਦੇ ਆ ਨਾ ਇਸ ਤੋਂ ਬਾਅਦ ਆਪਾਂ ਪਾਵਾਂਗੇ ਖੱਟੀ ਮਿੱਠੀ ਜਿਹੜੀ ਇਮਲੀ ਦੀ ਚਟਨੀ ਹੁੰਦੀ ਹੈ ਉਹ ਪਾਵਾਂਗੇ ਹਰੀ ਚਟਨੀ ਪਾਵਾਂਗੇ ਆਪਾਂ ਇਸ ਦੇ ਉੱਪਰ ਥੋੜਾ ਜਿਹਾ ਪਹਿਲਾਂ ਦਹੀਂ ਪਾ ਦਿੰਦੇ ਆ ਤਾਂ ਇਹ ਪੁੰਨੇ ਦੀ ਜਿਹੜੀ ਚਟਨੀ ਹੁੰਦੀ ਹੈ ਨਾਰਮਲ ਉਹ ਆਪਾਂ ਨੇ ਇਹਦੇ ਉੱਪਰ ਪਾਤੀ ਜੇ ਤੁਸੀਂ ਚਟਨੀ ਦੀ ਰੈਸਪੀ ਦੇਖਣਾ ਚਾਹੁੰਦੇ ਆ ਤਾਂ ਉਹ ਵੀ ਚੈਨਲ ਤੇ ਹੈਗੀ ਹੈ ਤੁਸੀਂ ਚੈੱਕ ਕਰ ਸਕਦੇ ਆ ਹੁਣ ਆਪਾਂ ਨੇ ਪਾਤੀ ਜੀ ਇਮਲੀ ਦੀ ਖੱਟੀ ਮਿੱਠੀ ਚਟਨੀ ਇਹਦੀ ਵੀ ਰੈਸਪੀ ਚੈਨਲ ਤੇ ਪਈ ਹੈ ਚੈੱਕ ਕਰ ਸਕਦੇ ਆ ਤੁਸੀਂ ਤੇ ਹੁਣ ਆਪਾਂ ਇਹਨਾਂ ਦੇ ਜਿਹੜੇ ਦਹੀਂ ਭੱਲੇ ਇਹਨਾਂ ਦੇ ਉੱਪਰ ਥੋੜੀ ਜਿਹੀ ਪਾਵਾਂਗੇ ਚਾਟ ਮਸਾਲਾ ਜਿੰਨੀ ਵੀ ਤੁਸੀਂ ਲੇਅਰ ਪਾਣਾ ਚਾਹੁੰਦੇ ਹੋ ਦਹੀਂ ਦੀ ਚਟਨੀ ਦੀ ਗ੍ਰੀਨ ਚਟਨੀ ਦੀ ਔਰ ਨਿੰਗ ਤੁਸੀਂ ਆਪਣੇ ਮਨ ਮੁਤਾਬਕ ਪਾ ਸਕਦੇ ਆ ਹਲਕਾ ਜਿਹਾ ਪਾਤਾ ਹੁਣ ਆਪਾਂ ਨੇ ਇਹਦੇ ਵਿੱਚ ਜਿਹੜਾ ਆਪਣਾ ਲਾਲ ਮਿਰਚ ਪਾਊਡਰ ਹੁੰਦਾ ਉਹ ਤੇ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਇਸ ਤੋਂ ਬਾਅਦ ਆਪਾਂ ਨੇ ਪਾਤੀ ਜੀ ਅਨਾਰ ਦਾਣਾ ਕਿ ਕਲਰਫੁੱਲ ਜੀ ਇਹ ਚਾਟ ਵਧੀਆ ਲੱਗਦੀ ਹੈ ਇਹ ਲੋ ਜੀ ਆਪਣੇ ਦਹੀਂ ਭੱਲੇ ਬਣ ਕੇ ਤਿਆਰ ਹੈ ਠੰਡੇ ਠੰਡੇ ਦਹੀਂ ਭੱਲੇ ਤੁਸੀਂ ਗਰਮੀ ਦੇ ਵਿੱਚ ਖਾਓ ਤੇ ਇੰਜੋਏ ਕਰੋ ਜੇਕਰ ਤੁਹਾਨੂੰ ਰੈਸਪੀ ਚੰਗੀ ਲੱਗੀ ਤਾਂ ਪਲੀਕੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ